ਸਰਦਾਰ ਹਰਦਰਸ਼ਨ ਸਿੰਘ ਯਾਦਗਾਰੀ ਗੁਰਮਤਿ ਬਾਲ ਸਭਾ ਦੇ ਵੱਲੋਂ ਲੁਧਿਆਣਾ ਦੇ ਵੱਲੋਂ ਇਹ ਨਾਟਕ ਜੋ ਤਿਆਰ ਕੀਤਾ ਗਿਆ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਰਾਜਨੀਤੀ ਨੇ ਸ਼ਤਰੰਜੀ ਚਾਲਾਂ ਚੱਲ ਕੇ ਦੇਸ਼ ਵਿੱਚ ਫਿਰਕਾ ਪ੍ਰਸਤੀ ਨੂੰ ਉਭਾਰਿਆ, ਜਿਸ ਨਾਲ ਮਾਨਵੀ ਕਦਰਾਂ ਕੀਮਤਾਂ ਦਾ ਅਜਿਹਾ ਕਾਂਡ ਹੋਇਆ ਕਿ ਜਿਸ ਨੇ ਸੰਨ 1947 ਦੀ ਯਾਦ ਨੂੰ ਇੱਕ ਵਾਰੀ ਫਿਰ ਤੋਂ ਤਰੋ ਤਾਜ਼ਾ ਕਰ ਦਿੱਤਾ। ਵਲੂੰਦਰੇ ਹਿਰਦਿਆਂ ਦੀ ਦਾਸਤਾਨ ਪੇਸ਼ ਕਰਦਾ ਹੋਇਆ ਇਹ ਨਾਟਕ ਚਿੜੀਆਂ ਦਾ ਆਲਣਾ। ਸੋ ਮੈਂ ਬੇਨਤੀ ਕਰਾਂਗਾ ਜੀ, ਪਲੀਜ਼ ਪਰਦਾ ਉਠਾਇਆ ਜਾਵੇ ਔਰ ਜਿੰਨੇ ਵੀ ਸਾਡੇ ਬਾਲ ਕਲਾਕਾਰ ਨੇ ਉਹ ਨਾਟਕ ਪੇਸ਼ ਕੀਤਾ ਜਾਵੇ ਜੀ। ਸੋ ਕੋਈ ਤਾੜੀਆਂ ਨਹੀਂ ਵਜਾਣੀਆਂ, ਤੁਸੀਂ ਪਲੀਜ਼ ਆਪਣੇ ਜਿਹੜੀ ਕੰਸੈਂਟਰੇਸ਼ਨ ਹੈ ਨਾਟਕ ਦੇ ਇਹਨਾਂ ਡਾਇਲੌਗਸ ਔਰ ਨਾਟਕ ਉੱਪਰ। ਥੈਂਕ ਯੂ ਜੀ। ਗੁਰਮਤਿ ਬਾਲ ਸਭਾ ਲੁਧਿਆਣਾ ਵੱਲੋਂ ਨਾਟਕ ਚਿੜੀਆਂ ਦਾ ਆਲਣਾ। ਪਹਿਚਾਣਿਆ ਮੈਨੂੰ, ਨਹੀਂ ਪਹਿਚਾਣਿਆ, ਯਾਦ ਕਰੋ, ਇੱਥੇ ਹੀ ਤਾਂ ਮਿਲੇ ਸੀ, ਇਸੇ ਹੀ ਤਰੀਕ ਨੂੰ, ਨਹੀਂ ਆਇਆ ਕੁਝ ਯਾਦ? ਖੈਰ ਕੋਈ ਗੱਲ ਨਹੀਂ, ਤੁਸੀਂ ਤਾਂ ਭੁੱਲ ਗਏ ਪਰ ਮੈਂ ਨਹੀਂ ਭੁੱਲਿਆ, ਆਪਣਾ ਵਾਅਦਾ ਯਾਦ ਏ ਮੈਨੂੰ, ਕਿਹਾ ਸੀ ਨਾ ਮੁੜ ਆਵਾਂਗਾ, ਦੇਖੋ ਆ ਗਿਆ, ਮੈਂ ਸਮਾਂ ਹਾਂ। ਪਿਛਲੀ ਵਾਰ ਮੈਂ ਤੁਹਾਨੂੰ ਮਿਲਾਇਆ ਸੀ ਸੱਜਣ ਪੁਰਖਾਂ ਨਾਲ, ਅੱਜ ਮੈਂ ਲੈ ਕੇ ਆਇਆ ਹਾਂ ਕੁਝ ਹੋਰ, ਕੁਝ ਅਜਿਹੇ ਪਲ ਜਿਨ੍ਹਾਂ ਨੇ ਇਤਿਹਾਸ ਨੂੰ ਹੀ ਮੋੜ ਕੇ ਰੱਖ ਦਿੱਤਾ, ਕੁਝ ਅਜਿਹੀਆਂ ਘਟਨਾਵਾਂ ਜਿਹੜੀਆਂ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਚੇਤੇ ਰਹਿਣਗੀਆਂ, ਅਤੇ ਜੇ ਲੋਕ ਸਿਆਣੇ ਹੋਏ ਤਾਂ ਉਹਨਾਂ ਘਟਨਾਵਾਂ ਨੂੰ ਫਿਰ ਕਦੀ ਦੁਹਰਾਉਣਗੇ ਨਹੀਂ। ਭਾਵੇਂ ਮੈਂ ਤੁਹਾਨੂੰ ਉਹਨਾਂ ਥਾਵਾਂ 'ਤੇ ਨਹੀਂ ਲਿਜਾਉਣਾ ਚਾਹੁੰਦਾ ਪਰ ਫਿਰ ਵੀ ਲੈ ਕੇ ਜਾਵਾਂਗਾ, ਇਸ ਆਸ ਨਾਲ ਕਿ ਕਿਸੇ ਨੂੰ ਉਹ ਸਾਰਾ ਕੁਝ ਦੁਬਾਰਾ ਨਾ ਦੇਖਣਾ ਪਏ। ਚਲੋ ਚੱਲੀਏ।
101 स्पीकिंग, सब शांति है, सब लोग अपने अपने कामों में लगे हुए हैं, कोई गड़बड़ नहीं, सबकी टिबरी टैट है। ਉੱਪਰ ਦੀ ਗੜਗੜ ਦੀ ਬੇਧਿਆਨਿਆਂ ਦੀ ਮੂੰਗੀ ਦੀ ਦਾਲ ਆਪਦੀ ਲਾਲਟੈਨ ਇੰਟੂ ਪਨੀਰ ਪਾਲਕ ਐਂਡ ਫਰਾਂਸ ਬੀਨ ਦੀ ਫਲੀ। ਮੇਰੀ ਸਲਮਾ ਲਾਹੌਰ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰੋਂ ਲਾਹੌਰ। ਮੀ ਲਾਰਡ ਅੰਮ੍ਰਿਤਸਰੋਂ ਛਿਅਰਟਾ, ਛਿਅਰਟਿਓਂ ਅਟਾਰੀ ਅਤੇ ਫਿਰ ਈਚੋ ਗਿਲ ਨਹਿਰ। ਨਹਿਰ ਵਿੱਚ ਮੈਂ ਮਾਰੀ ਛਾਲ ਅਤੇ ਮੈਂ ਡੁੱਬ ਗਿਆ, ਪਰ ਸਲਮਾ ਮੇਰੇ ਨਾਲ ਸੀ ਨਾ, ਮੈਂ ਤਰ ਗਿਆ। ਅੰਮ੍ਰਿਤਸਰੋਂ ਲਾਹੌਰ, ਲਾਹੌਰੋਂ ਅੰਮ੍ਰਿਤਸਰ, ਸਲਮਾ ਕੋਟ, ਮੇਰਾ ਕੋਈ ਚਲਾਨ ਨਹੀਂ ਕੱਟ ਸਕਦਾ। ਛੋਲੇ ਗਰਮ ਕਰਾਰੇ, ਮਲਾਈ ਵਾਲੀ ਕੁਲਫੀ, ਸਭ ਪਾਗਲ ਨੇ, ਐਵੇਂ ਤਾਂ ਨਹੀਂ ਸੁੱਟਿਆ ਇਹਨਾਂ ਨੂੰ ਪਾਗਲਖਾਨੇ। ਉਂਝੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ। ਇਸ ਦਾ ਸਭ ਤੋਂ ਵੱਡਾ ਸਬੂਤ ਤਾਂ ਇਹ ਹੈ ਕਿ ਇਹ ਮੈਨੂੰ ਪਾਗਲ ਕਹਿੰਦੇ ਨੇ। ਮੈਂ ਇਹਨਾਂ ਨੂੰ ਬੜੀ ਵਾਰ ਦੱਸਿਆ ਵੀ ਮੈਂ ਪਾਗਲ ਨਹੀਂ ਹਾਂ। ਤੁਸੀਂ ਆਪ ਹੀ ਸੋਚੋ, ਜੇ ਮੈਂ ਪਾਗਲ ਹੋਵਾਂ ਤਾਂ ਇੰਨੀਆਂ ਸਿਆਣੀਆਂ ਗੱਲਾਂ ਕਰਾਂ? ਚਲੋ ਆਪਾਂ ਨੂੰ ਕੀ, ਆਪਾਂ ਕਿਹੜਾ ਫਾਂਸੀ ਚੜ੍ਹਨਾ ਹੈ? ਆਹ ਵੇਖ ਲਓ, ਉਹ ਹਰ ਵੇਲੇ ਸਲਮਾ ਨੂੰ ਹੀ ਲੱਭੀ ਜਾਂਦਾ ਹੈ। ਛੋਲੇ ਗਰਮ ਕਰਾਰੇ, ਮਲਾਈ ਵਾਲੀ ਕੁਲਫੀ। ਮੀ ਲਾਰਡ, ਮੈਂ ਪੁੱਛਦਾ ਇਹਨੇ ਮੇਰੀ ਸਲਮਾ 'ਤੇ ਦੋਸ਼ ਕਿਉਂ ਲਾਇਆ? ਮੈਂ ਲਾਹੌਰ ਦੀ ਸ਼ਾਹੀ ਮਸਜਿਦ ਅੱਗੇ ਸਿਰ ਨਿਵਾਉਂਦਾ ਰਿਹਾ, ਸਲਮਾ ਦੁਰਗਿਆਨੇ ਵਿੱਚ ਅਰਦਾਸ ਕਰਦੀ ਰਹੀ ਹੈ। ਮੈਂ ਛੇਟੇ ਉਸ ਨੂੰ ਇਸ਼ਨਾਨ ਵੀ ਕਰਾਇਆ ਏ, ਫਿਰ ਮੇਰੀ ਸਲਮਾ ਪਾਗਲ ਕਿਵੇਂ ਹੋਈ? ਮੈਂ ਇਸ ਦੇ ਵਿਰੁੱਧ ਮੁਕੱਦਮਾ ਦਾਇਰ ਕਰਦਾ ਹਾਂ ਅਤੇ ਤੁਹਾਡੇ ਤੋਂ ਇਨਸਾਫ ਦੀ ਮੰਗ ਕਰਦਾ ਹਾਂ। ਛੋਲੇ ਗਰਮ ਕਰਾਰੇ, ਮਲਾਈ ਵਾਲੀ ਕੁਲਫੀ। ਉੱਪੜ ਦੀ ਗੜਗੜ ਦੀ ਬੇਧਿਆਨਿਆਂ ਦੀ ਮੂੰਗੀ ਦੀ ਦਾਲ ਆਪਦੀ ਲਾਲਟੈਨ ਇੰਟੂ ਪਨੀਰ ਪਾਲਕ ਐਂਡ ਫਰਾਂਸ ਬੀਨ ਦੀ ਫਲੀ। ਮੈਂ ਜੋ ਬੋਲਾਂਗਾ ਸੱਚ ਬੋਲਾਂਗਾ, ਅਤੇ ਸੱਚ ਦੇ ਸਿਵਾ ਚਲੋ ਸਭ ਕੁਛ ਨਹੀਂ ਬੋਲਾਂਗਾ। ਮੈਂ ਪੂਰੇ ਹੋਸ਼ ਵਿੱਚ ਗਵਾਹੀ ਦਿੰਦਾ ਹਾਂ ਕਿ ਨੂਰਦੀਨ ਅਤੇ ਉਹਦੀ ਸਲਮਾ ਪਾਗਲ ਨਹੀਂ ਹਨ। ਇਹ ਇਲਜ਼ਾਮ ਝੂਠਾ ਹੈ। ਮੈਂ ਇਸ ਸੰਬੰਧੀ ਕਿਤਾਬਾਂ ਵਿੱਚੋਂ ਉਦਾਹਰਣਾਂ ਵੀ ਦੇ ਸਕਦਾ ਹਾਂ। ਟੀ 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 ਟੀ, ਕੋਈ ਖਤਰਾ ਨਹੀਂ, ਸਭ ਪੜ੍ਹਾਈ ਚੜ੍ਹਾਈ ਕੀ ਬਾਤੇਂ ਚੱਲ ਰਹੀ ਹੈ। ਓਵਰ ਓਵਰ, ਆ ਦੇਖ ਲਿਆ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਸਾਰੇ ਪਾਗਲ ਨੇ ਪਾਗਲ, ਤੇ ਕੇਵਲ ਮੈਂ ਹੀ ਸਿਆਣਾ ਹਾਂ, ਇਸੇ ਲਈ ਤਾਂ ਇਹ ਪਾਗਲ ਖਾਨੇ ਪਏ ਨੇ। ਮੈਨੂੰ ਪਾਗਲ ਕਹਿੰਦੇ ਨੇ, ਕਦੀ ਕੋਈ ਸਿਆਣਾ ਬੰਦਾ ਵੀ ਪਾਗਲ ਹੋ ਸਕਦਾ ਹੈ ਭਲਾ? ਹਾਂ ਬਚਨ ਸਿੰਘ, ਉਹ ਬਚਨ ਸਿੰਘ, ਕੋਈ ਮਿਲਣ ਆਇਆ ਹੈ ਤੈਨੂੰ? ਮੁਲਾਕਾਤ ਕਮਰੇ ਵਿੱਚ ਪਹੁੰਚ। ਆਹਾ, ਮੇਰਾ ਯਾਰ ਆਇਆ। ਓਏ ਪ੍ਰੋਫੈਸਰਾ ਰੁਪਿਆ, ਉਹ ਮੱਖਣ ਸਿਆਂ,
ਸਲੀਮਾ ਦੇਖੋ ਇਹ ਕੌਣ ਆਇਆ। ਕਹਿੰਦਾ ਹੁੰਦਾ ਸਾ ਨਾ ਮੇਰਾ ਯਾਰ ਮੈਨੂੰ ਮਿਲਣ ਜ਼ਰੂਰ ਆਏਗਾ। ਦੇਖੋ ਇਹ ਰੁਕਨਦੀਨ ਆਇਆ, ਰੁਕਨਦੀਨ ਮੇਰਾ ਯਾਰ ਆਇਆ, ਮੇਰਾ ਯਾਰ ਆਇਆ ਮੈਨੂੰ ਮਿਲਣ, ਮੇਰਾ ਯਾਰ ਆਇਆ। ਰੁਕਨਦੀਨ ਇਹ ਕੌਣ ਹੈ? ਇਹ ਆਪਣੀ ਸ਼ਮਸ਼ਾਦ ਦਾ ਖਾਵੰਦ ਹੈ ਅਸਲਮ, ਰਾਵਲ ਪਿੰਡਿਓਂ ਆਇਆ ਏ। ਚਾਚਾ ਆਦਾਬ। ਹਾਂ ਮੇਰੀ ਸ਼ਮਸ਼ਾਦ ਇੰਨੀ ਵੱਡੀ ਹੋ ਗਈ ਹੈ, ਮੇਰਾ ਜਵਾਈ ਆਇਆ ਮੈਨੂੰ ਮਿਲਣ। ਆ ਪੁੱਤਰਾ ਜਿਉਂਦਾ ਰਹਿ, ਜਿਉਂਦਾ ਰਹਿ ਪੁੱਤਰਾ। ਸਾਡੀ ਸ਼ਮਸ਼ਾਦ ਨਾ ਬੜੀ ਸੋਹਲ ਹੈ, ਦੇਖੀ ਧਿਆਨ ਰੱਖੀ ਉਹਦਾ, ਬੜੇ ਲਾਡਾਂ ਨਾਲ ਪਾਲੀ ਹੈ ਅਸੀਂ। ਮੇਰੀ ਬੀਰੋ ਦੀ ਪੱਕੀ ਸਹੇਲੀ ਹੈ, ਇੱਕ ਮਿੰਟ ਨਹੀਂ ਸੀ ਅੱਡ ਹੁੰਦੀਆਂ ਦੋਨੋਂ। ਮੈਂ ਆਪਣੀ ਬੀਰੋ ਨੂੰ ਵੀ ਰਾਵਲ ਪਿੰਡੀ ਵਿਆਹਾਂਗਾ, ਫੇਰ ਦੋਨੋਂ ਇਕੱਠੀਆਂ ਹੋ ਜਾਣਗੀਆਂ। ਤੂੰ ਨਾ ਉੱਥੇ ਕੋਈ ਚੰਗਾ ਜਿਹਾ ਮੁੰਡਾ ਦੇਖੀ ਬੀਰੋ ਵਾਸਤੇ, ਮੈਂ ਆਪ ਆਪਣੇ ਹੱਥੀਂ ਉਹਨੂੰ ਰਾਵਲ ਪਿੰਡੀ ਤੋਰਾਂਗਾ। ਬਚਨ ਸਿਆ, ਹੁਣ ਆਪਾਂ ਬੀਰੋ ਨੂੰ ਰਾਵਲ ਪਿੰਡੀ ਨਹੀਂ ਵਿਆਹ ਸਕਾਂਗੇ। ਕਿਉਂ ਕਿਉਂ ਨਹੀਂ ਵਿਆਹ ਸਕਾਂਗੇ? ਮੈਂ ਨਹੀਂ ਹੋਣ ਦੇਣਾ ਅੱਡ ਦੋਨਾਂ ਸਹੇਲੀਆਂ ਨੂੰ। ਪੁੱਤਰ ਅਸਲਮ, ਤੂੰ ਇਹਦੀਆਂ ਗੱਲਾਂ ਨਾ ਸੁਣ, ਬਸ ਤੂੰ ਆਪਣੇ ਨੇੜੇ ਹੀ ਬੀਰੋ ਵਾਸਤੇ ਮੁੰਡਾ ਲੱਭ ਲੈ। ਬਚਨ ਸਿਆ ਕੀ ਦੱਸਾਂ, ਹੁਣ ਤੂੰ ਵੀ ਨਹੀਂ ਇੱਥੇ ਰਹਿ ਸਕਣਾ, ਬੀਰੋ ਤੇ ਭਾਬੀ ਨੂੰ ਮੈਂ ਅੰਮ੍ਰਿਤਸਰ ਛੱਡ ਆਇਆ। ਹੈ ਅੰਮ੍ਰਿਤਸਰ ਕਿਉਂ? ਉੱਥੇ ਕੌਣ ਹੈ ਉਹਨਾਂ ਦਾ? ਮੈਂ ਕਿਉਂ ਛੱਡਣਾ ਸੀ ਉਹਨਾਂ ਨੂੰ ਉੱਥੇ, ਪਰ ਕੀ ਕਰਦਾ, ਇੱਥੇ ਉਹਨਾਂ ਨੂੰ ਖਤਰਾ ਸੀ ਨਾ। ਤੇ ਫਿਰ ਯਾਰਾ ਤੂੰ ਕਿਉਂ ਨਾ ਨਾਲ ਗਿਆ ਉਹਨਾਂ ਦੇ? ਮੈਨੂੰ ਉੱਥੇ ਖਤਰਾ ਸੀ ਨਾ ਯਾਰਾ, ਕੀ ਦੱਸਾਂ ਤੈਨੂੰ। ਉਹ ਯਾਰ ਕੀ ਗੱਲਾਂ ਕਰੀ ਜਾਂਦਾ, ਉਹਨਾਂ ਨੂੰ ਇੱਥੇ ਖਤਰਾ, ਤੈਨੂੰ ਉੱਥੇ ਖਤਰਾ, ਭਲਾ ਇੰਜ ਵੀ ਕਦੀ ਹੁੰਦਾ? ਵਾਹ ਯਾਰਾ ਵਾਹ, ਚੰਗੀ ਦੋਸਤੀ ਨਿਭਾਈ ਹੈ ਤੂੰ, ਚਾਰ ਦਿਨ ਨਾ ਸੰਭਾਲ ਸਕਿਆ ਮੇਰੀ ਅਮਾਨਤ ਨੂੰ। ਤੂੰ ਤਾਂ ਰਹਿੰਦਾ ਨਹੀਂ ਸੀ ਹੁੰਦਾ ਉਹਨਾਂ ਦੇ ਬਿਨਾਂ ਇੱਕ ਵੀ ਪਲ। ਬਚਨ ਸਿੰਘਾ ਕਿਵੇਂ ਸਮਝਾਵਾਂ ਤੈਨੂੰ, ਦੇਸ਼ ਦੇ ਦੋ ਟੋਟੇ ਹੋ ਗਏ ਨੇ, ਇੱਕ ਦੇਸ਼ ਦੇ ਦੋ ਦੇਸ਼ ਬਣ ਗਏ ਨੇ, ਹਿੰਦੁਸਤਾਨ ਤੇ ਪਾਕਿਸਤਾਨ। ਹਿੰਦੂ ਸਿੱਖ ਹਿੰਦੁਸਤਾਨ ਭੇਜ ਦਿੱਤੇ ਨੇ ਤੇ ਮੁਸਲਮਾਨ ਪਾਕਿਸਤਾਨ ਵਿੱਚ, ਸਾਰੇ ਲੋਕ ਵੰਡੇ ਗਏ ਨੇ, ਹੁਣ ਸਿਰਫ ਪਾਗਲ ਵੰਡਣੇ ਬਾਕੀ ਰਹਿ ਗਏ ਨੇ। ਬਸ ਇੱਕ ਦੋ ਦਿਨਾਂ ਵਿੱਚ ਤੁਸੀਂ ਵੀ ਵੰਡ ਦਿੱਤੇ ਜਾਓਗੇ, ਤੈਨੂੰ ਇਹਨਾਂ ਹਿੰਦੁਸਤਾਨ ਭੇਜ ਦੇਣਾ ਏ। ਸ਼ਮਸ਼ਾਦ ਨੇ ਦੱਸਿਆ ਸੀ ਤੇਰੇ ਬਾਰੇ ਅਸਲਮ ਨੂੰ, ਕਹਿੰਦਾ ਮੈਂ ਚਾਚੇ ਨੂੰ ਜ਼ਰੂਰ ਮਿਲਣਾ। ਚਾਚਾ ਆ ਸ਼ਮਸ਼ਾਦ ਨੇ ਪਿੰਨੀਆਂ ਬਣਾਈਆਂ ਨੇ ਆਪਣੇ ਹੱਥੀਂ, ਕਹਿੰਦੀ ਸੀ ਚਾਚੇ ਨੂੰ ਮੇਰੇ ਹੱਥ ਦੀਆਂ ਪਿੰਨੀਆਂ ਬੜੀਆਂ ਪਸੰਦ ਨੇ। ਪਿੰਨੀਆਂ? ਮੇਰੀ ਧੀ ਨੇ ਮੇਰੇ ਲਈ ਪਿੰਨੀਆਂ ਭੇਜੀਆਂ ਨੇ, ਮੇਰੀ ਧੀ ਇੰਨੀ ਵੱਡੀ ਹੋ ਗਈ, ਮੈਂ ਕਿੰਨਾ ਬਦਕਿਸਮਤ ਪਿਓ ਆ, ਧੀ ਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ, ਮੇਰਾ ਜਵਾਈ ਆਇਆ ਮੈਨੂੰ ਮਿਲਣ,
ਤੇ ਮੈਂ ਖਾਲੀ ਹੱਥ ਆ। ਰੁਕਣ ਦੀ ਨਾ, ਜੇ ਯਾਰ ਹੈ ਨਾ ਮੇਰਾ ਤਾਂ ਮੇਰੇ ਹੱਥ ਵੱਢ ਕੇ ਲੈ ਜਾ ਤੇ ਰੱਖ ਦਈ ਮੇਰੀ ਧੀ ਦੇ ਸਿਰ ਤੇ, ਜਵਾਈ ਨੂੰ ਖਾਲੀ ਤੇ ਨਹੀਂ ਨਾ ਤੋਰਨਾ, ਜਵਾਈ ਨੂੰ ਖਾਲੀ ਤੇ ਨਹੀਂ ਨਾ ਤੋਰਨਾ, ਜਵਾਈ ਨੂੰ ਖਾਲੀ ਤੇ ਨਹੀਂ ਨਾ ਤੋਰਨਾ। ਸੱਚ ਦੇ ਅੰਦਰ ਜੋ ਵੀ ਉਤਰਿਆ ਪਲਟ ਨਾ ਸਕਿਆ ਕੋਈ, ਦੁਸ਼ਮਣ ਨਾਲ ਵੀ ਉਹ ਨਾ ਹੋਵੇ ਜੋ ਸਾਡੇ ਨਾਲ ਹੋਈ, ਦੁਸ਼ਮਣ ਨਾਲ ਵੀ ਉਹ ਨਾ ਹੋਵੇ ਜੋ ਸਾਡੇ ਨਾਲ ਹੋਈ। ਇੰਸਪੈਕਟਰ ਸਾਹਿਬ, ਫਿਰ ਹੁਣ ਆਪਣਾ ਮੇਲ ਕਦੇ ਨਹੀਂ ਹੋਏਗਾ? ਨਹੀਂ ਭਰਾਵਾ, ਇੱਦਾਂ ਦੀ ਕੋਈ ਗੱਲ ਨਹੀਂ, ਆਪਾਂ ਜ਼ਰੂਰ ਮਿਲਿਆ ਕਰਾਂਗੇ। ਉਹ ਤੁਸੀਂ ਵੀ ਸਾਡੇ ਨਾਲ ਹੀ ਚੱਲੋ, ਉਹ ਜਾਂਦਿਆਂ ਹੀ DSP ਬਣਾ ਦਿਆਂਗੇ DSP। ਜਨਾਬ, ਦੂਜੇ ਪਾਸੇ ਦੇ ਬੰਦੇ ਆ ਰਹੇ ਨੇ। ਠੀਕ ਹੈ, ਇਹਨਾਂ ਦੇ ਕਾਗਜ਼ ਤਿਆਰ ਨੇ ਨਾ? ਹਾਂ ਜਨਾਬ, ਇਹ ਲਓ ਇਹਨਾਂ ਦੀ ਫਾਈਲ। ਅਸਲਾਮ ਅਲੈਕਮ ਇੰਸਪੈਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਲੈ ਆਏ ਬੰਦੇ? ਹਾਂ ਜੀ, ਚਾਰ ਨੇ। ਪਰ ਮੈਨੂੰ ਤਾਂ 6 ਦਿਸਦੇ ਨੇ। ਦੋ ਤਾਂ ਇਹਨਾਂ ਨੂੰ ਰੁਖਸਤ ਕਰਨ ਆਏ ਨੇ, ਕਹਿੰਦੇ ਸਨ ਫੇਰ ਵੀ ਇੰਨੇ ਵਰੇ ਇਕੱਠੇ ਰਹੇ ਆ। ਸਾਡੇ ਨਾਲੋਂ ਤਾਂ ਇਹ ਪਾਗਲ ਹੀ ਚੰਗੇ ਨੇ, ਉਂਝ ਤਾਂ ਤੁਸੀਂ ਜਾਣਦੇ ਹੀ ਹੋ ਜੋ ਜੋ ਕਰਤੂਤਾਂ ਹੋਈਆਂ ਨੇ। ਖੈਰ, ਲਓ ਸਾਡੀ ਲਿਸਟ। ਹਾਂ ਬਾਈ ਸ਼ੌਕਤ ਅਲੀ, ਤੂੰ ਪਾਕਿਸਤਾਨ ਜਾਣਾ ਚਾਹੁੰਦਾ? ਹਾਂ ਜੀ, ਕਿਉਂ ਨਹੀਂ, ਮੈਂ ਹੀ ਤੇ ਪਾਕਿਸਤਾਨ ਬਣਾਇਆ। ਆਓ ਜੀ ਆਓ। ਤੇ ਤੁਸੀਂ? ਇਹ ਗੁੰਗਾ ਹੈ, ਇਹਦਾ ਨਾਂ ਰਹਿਮਤ ਅਲੀ ਹੈ। ਇਹ ਲੋ ਜੀ ਸਾਡੀ ਲਿਸਟ। ਹਾਂ ਜੀ, ਮੱਖਣ ਸਿੰਘ। ਹਮ ਫੌਜ ਕੇ ਅਫਸਰ ਹੈ, ਹਮਾਰੇ ਪਾਸ ਅੰਗਰੇਜ਼ ਕਾ ਦਿਆ ਹੁਆ ਅਹੁਦਾ ਹੈ, ਕੋਈ ਤਮੀਜ਼ ਸੇ ਬਾਤ ਕਰੋ।
हमारा नाम सरदार मक्खन सिंह फौजी सरदार बहादुर वायरलेस वाला है। आओ जी सरदार मक्खन सिंह जी, फौजी जी, सरदार बहादुर जी, वायरलेस वालियो आओ जी आओ। हाँ ये हुई ना अंग्रेज की अकल, चंगा भाई प्रावो फेर मिलांगे। रूपलाल, चंगा भाई नूरदीन, अच्छा भाई सलीम, सुखी वसो सारे, चल दे हुन। प्रोफेसर जनैल सिंह, बचन सिंह, बचन सिया एक रात आपा होर इकट्ठे नहीं रह सकते, पता नहीं की हो गया इन्हां पागलां नूं, चंगे भले इकट्ठे पए रहिंदे सां, जे आप नहीं सी रह सकते तो सानू ही इकट्ठे रहन दिंदे, साडा भाईचारा तां बनिया रहन दिंदे ना, की मिलेगा एक देश दे दो टोटे करके। कहिंदे ने ਦੋ ਹਿੱਸੇ ਕਰਤੇ ਪੂਰੇ ਦੋ ਦੇਸ਼ ਬਣਾਤੇ, ਭਲਾ ਇੱਕ ਦੇਸ਼ ਦੇ ਦੋ ਹਿੱਸੇ ਕਰਕੇ ਦੋਨੋਂ ਪੂਰੇ ਰਹਿ ਸਕਦੇ ਨੇ? ਦੋਨੋਂ ਹੀ ਅਧੂਰੇ, ਪਾਗਲ ਜੇ ਨਾ ਹੋਣ ਤਾਂ। ਉਹ ਯਾਰ ਸਾਡੀ ਕੌਣ ਸੁਣਦਾ ਇੱਥੇ, ਚੰਗਾ ਚੱਲਦੇ ਹਾਂ ਫਿਰ, ਮੁੜ ਪਤਾ ਨਹੀਂ ਕਦੋਂ ਮੇਲ ਹੋਵੇ, ਪਰ ਤੂੰ ਫਿਕਰ ਨਾ ਕਰੀ, ਅੰਮ੍ਰਿਤਸਰ ਪਹੁੰਚ ਕੇ ਖਤ ਜ਼ਰੂਰ ਲਿਖਾਂਗਾ, ਜ਼ਰੂਰ ਲਿਖਾਂਗਾ ਖਤ, ਜ਼ਰੂਰ ਲਿਖਾਂਗਾ ਖਤ, ਨੂਰਦੀਨ ਚੱਲਦੇ ਹਾਂ ਫਿਰ, ਜ਼ਰੂਰ ਲਿਖਾਂਗਾ ਖਤ। ਇੱਕ ਹੀ ਝੱਖੜ ਝੁਲਿਆ ਯਾਰੋ, ਪਾ ਗਿਆ ਇੰਜ ਤਰੇੜਾਂ, ਸੱਚ ਦੇ ਮੂੰਹ ਤੇ ਸਿਖਰ ਦੁਪਹਿਰੇ, ਦੇਖੋ ਪੈਣ ਚਪੇੜਾਂ, ਸੱਚ ਦੇ ਮੂੰਹ ਤੇ ਸਿਖਰ ਦੁਪਹਿਰੇ, ਦੇਖੋ ਪੈਣ ਚਪੇੜਾਂ, ਸੱਚ ਦੇ ਮੂੰਹ ਤੇ ਸਿਖਰ ਦੁਪਹਿਰੇ, ਦੇਖੋ ਪੈਣ ਚਪੇੜਾਂ। ਸੰਨ 47 ਦੀ ਵੰਡ ਹੋ ਗਈ, ਇੱਕ ਦੇਸ਼ ਦੇ ਦੋ ਦੇਸ਼ ਬਣ ਗਏ, ਪਾਗਲ ਵੀ ਸਮਝਦੇ ਸਨ ਇੱਕ ਚੀਜ਼ ਦੇ ਦੋ ਹਿੱਸੇ ਕਰਨ ਨਾਲ ਦੋਨੋਂ ਹੀ ਅੱਧੇ ਰਹਿੰਦੇ ਹਨ, ਕੋਈ ਵੀ ਪੂਰਾ ਨਹੀਂ ਹੁੰਦਾ, ਪਰ ਇਹਨਾਂ ਵੱਡੇ ਪਾਗਲਾਂ ਨੂੰ ਕੌਣ ਸਮਝਾਏ? ਕੀ ਕਰਾਂ, ਇਹ ਸਾਰਾ ਕੁਝ ਮੈਨੂੰ ਦੇਖਣਾ ਹੀ ਪੈਂਦਾ ਏ, ਕਦੀ ਧਰਮ ਦੇ ਨਾਂ 'ਤੇ ਝਗੜੇ ਅਤੇ ਕਦੀ ਧਰਮ ਸਥਾਨਾਂ ਦੇ ਨਾਂ 'ਤੇ ਕਤਲੇ ਆਮ। ਕੀ ਕਰਾਂ, ਬਥੇਰਾ ਸਮਝਾਉਂਦਾ ਇਹਨਾਂ ਨੂੰ, ਪਰ ਕੋਈ ਸਮਝੇ ਵੀ ਤਾਂ ਸਹੀ? ਵਿਚਾਰੇ ਲੋਕ ਤਾਂ ਰੋਂਦੇ ਹੀ ਸਨ, ਹੁਣ ਤਾਂ ਮੇਰੇ ਵੀ ਅਥਰੂ ਨਹੀਂ ਸੁੱਕਦੇ, ਅਜੇ 40 ਸਾਲ ਵੀ ਨਹੀਂ ਸਨ ਬੀਤੇ ਤੇ ਫਿਰ ਉਹ ਕੁਝ।
ਜ਼ੁਲਮ ਭਰੀ ਏ ਰਾਜਨੀਤੀ ਵਿੱਚ 47 ਦੇ 1 ਤੋਂ 2 ਕਰ ਗਈ। ਹੱਲੇ ਤੱਕ ਤਾਂ ਸੀ ਸਾਡੇ ਜ਼ਖਮ ਅੱਲੇ ਤੇ ਵਿੱਚ 84 ਦੇ ਖੂਨ ਫੇਰ ਕਰ ਗਈ। ਹੋ ਕਰ ਕਰ ਯਾਦ ਰੋਵੇ ਰੂਮਾਨਾ ਤੇ ਜਿਨ੍ਹਾਂ ਘਰਾਂ ਦੀਆਂ ਡੋਰਾਂ ਏ ਢੋ ਤੁਰ ਗਈ ਤੇ ਜਿਨ੍ਹਾਂ ਘਰਾਂ ਦੀਆਂ ਡੋਰਾਂ ਏ ਢੋ ਤੁਰ ਗਈ। ਨਾ ਦੋ ਮੇਰੇ ਲਾਲ ਨਾ ਦੋ। ਉਹ ਦੇਖ ਹੁਣੇ ਤੇਰੀ ਮੰਮੀ ਨੇ ਆ ਜਾਣਾ ਏ। ਆ ਇੱਥੇ ਪਾਣੀ ਭਰਨ ਹੀ ਗਈ ਏ, ਬਸ ਆਂਦੀ ਪਈ ਹੋਣੀ ਏ। ਪਾਪਾ 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 ਕੋਲ ਜਾਣਾ। ਬਸ ਮੇਰੇ ਲਾਲ ਬਸ, ਕਿਸਮਤ ਅੱਗੇ ਕੌਣ ਬਲੀ, ਕੀ ਕਰਾਂ ਕਿੱਥੋਂ ਲੈ ਕੇ ਆਵਾਂ ਹੁਣ ਮੈਂ ਤੇਰੇ ਪਾਪਾ। ਜਾ ਤੂੰ ਖੇਡ, ਉਹ ਦੇਖ ਅਮਰ ਹਰਨੂਰ ਖੇਡਦੇ ਪਏ ਨੇ ਨਾ। ਜਾ ਮੇਰੇ ਲਾਲ, ਤੂੰ ਵੀ ਖੇਡ ਉਹਨਾਂ ਨਾਲ। ਜਾਣਾ ਕਿੱਥੇ ਆ ਮੇਰੇ ਲਾਲ, ਬਸ ਇਹੋ ਸਮਝ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ ਵਾਪਸ? ਮੈਂ ਲੈ ਕੇ ਆਵਾਂਗਾ ਆਪਣੇ ਪਾਪਾ ਨੂੰ ਵਾਪਸ, ਚੰਨ ਤੇ ਗਏ ਨੇ। ਹਾਂ ਬੇਟਾ, ਚੰਨ ਤੇ ਗਏ ਨੇ ਤੇਰੇ ਪਾਪਾ। ਦਾਦੀ ਜਦੋਂ ਮੈਂ ਵੱਡਾ ਹੋਵਾਂਗਾ ਨਾ, ਇੱਕ ਬੇਟਾ ਪਹਿਚਾਣ ਲੈਣਗੇ। ਚੰਗਾ ਤੂੰ ਜਾ ਖੇਡ, ਤੇਰੀ ਮੰਮੀ ਆਏਗੀ ਨਾ, ਮੈਂ ਤੈਨੂੰ ਬੁਲਾ ਲਵਾਂਗੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਧੀਏ, ਮੈਂ ਪਹਿਚਾਣਿਆ ਨਹੀਂ ਤੈਨੂੰ। ਮਾਤਾ ਜੀ, ਮੈਂ ਗੁਰਮਤ ਬਾਲ ਸਭਾ ਟੀਵੀ ਤੋਂ ਹਾਂ। ਸੁਣਿਆ ਸੀ ਤੁਹਾਡੀ ਕਲੋਨੀ ਬਾਰੇ, ਸੋਚਿਆ ਮਿਲ ਕੇ ਆਵਾਂ। ਨਹੀਂ ਕੀ ਲੈਣਾ ਅਸਾਂ ਟੀਵੀ ਵਾਲਿਆਂ ਤੋਂ, ਆ ਜਾਂਦਾ ਹਰ ਰੋਜ਼ ਕੋਈ ਨਾ ਕੋਈ ਸਾਡੇ ਜ਼ਖਮ ਤਾਜ਼ੇ ਕਰਨ। ਨਹੀਂ ਮਾਤਾ ਜੀ, ਸਾਡਾ ਇਹ ਮਤਲਬ ਨਹੀਂ ਸੀ, ਅਸੀਂ ਤਾਂ ਤੁਹਾਡੀਆਂ ਸਮੱਸਿਆਵਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਤੇ ਫੇਰ ਕੀ ਹੋਏਗਾ? ਸ਼ਾਇਦ ਤੁਹਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਨਿਕਲ ਆਵੇ। ਬੀਬਾ ਕੀ ਪਈ ਕਹਿੰਦੀ ਏ, ਹਨੇਰ ਨਗਰੀ ਤੇ ਚੌਪੜ ਰਾਜਾ।
ਮਾਤਾ ਜੀ ਪਾਣੀ ਦਾ ਗਲਾਸ ਮਿਲ ਜਾਏਗਾ, ਬੜੀ ਦੂਰੋਂ ਆਏ ਆ। ਬੀਬਾ ਉਡੀਕ ਕਰਨੀ ਪਊ, ਗਈ ਆ ਕੁੜੀ ਪਾਣੀ ਭਰਨ, ਆਂਦੀ ਹਊ। ਤੁਸੀਂ ਸਾਰੀਆਂ ਕੱਪੜੇ ਹੀ ਸੀਂਦੀਆਂ ਜੇ? ਬੀਬਾ ਰੋਟੀ ਤੇ ਖਾਣੀ ਏ ਨਾ, ਮੰਗਦੀਆਂ ਨਹੀਂ ਕਿਸੇ ਤੋਂ ਕੁਛ, ਹੱਥੀ ਮਿਹਨਤ ਕਰਕੇ ਬੱਚੇ ਪਾਲਦੀਆਂ ਵਾਂ। ਬੜੇ ਸਿਆਣੇ ਬੱਚੇ ਨੇ, ਵੀਰਿਆਂ ਕੋਲ ਚਲੀਏ। ਬੱਚਿਓ ਤੁਸੀਂ ਕੀ ਖੇਡਦੇ ਪਏ ਹੋ? ਆਂਟੀ ਅਸੀਂ ਬੰਟੇ ਖੇਡਦੇ ਪਏ ਆਂ। ਸਕੂਲ ਜਾਂਦੇ ਹੁੰਦੇ ਹੋ? ਹਾਂਜੀ। ਸਾਰੇ ਇੱਕੋ ਸਕੂਲ ਵਿੱਚ ਪੜ੍ਹਦੇ ਹੋ? ਹਾਂਜੀ। ਕਿਹੜੇ ਸਕੂਲ ਵਿੱਚ? ਆਂਟੀ ਸਾਡੀ ਵਿਡੋ ਕਲੋਨੀ ਵਿੱਚ ਹੀ ਹੈ, ਇੱਕੋ ਆਂਟੀ ਸਾਰਿਆਂ ਨੂੰ ਪੜ੍ਹਾਉਂਦੇ ਨੇ। ਆਂਟੀ ਕਿ ਮੈਡਮ? ਅਸੀਂ ਉਹਨਾਂ ਨੂੰ ਆਂਟੀ ਹੀ ਕਹਿੰਦੇ ਆ। ਆਂਟੀ ਜਿਹੜੇ ਸਕੂਲ ਮੈਂ ਪਹਿਲਾਂ ਪੜ੍ਹਦਾ ਸਾਂ ਨਾ, ਉੱਥੇ ਬੜੇ ਸਾਰੇ ਮੈਡਮ ਸਨ, ਹਰ ਸਬਜੈਕਟ ਦਾ ਅਲੱਗ ਟੀਚਰ। ਅੱਛਾ, ਫਿਰ ਤਾਂ ਉਹ ਬਹੁਤ ਵੱਡਾ ਸਕੂਲ ਹੋਏਗਾ। ਹਾਂ ਆਂਟੀ ਬਹੁਤ ਵੱਡਾ ਸੀ। ਤੇ ਹੁਣ ਕਿਉਂ ਨਹੀਂ ਪੜ੍ਹਦਾ ਉੱਥੇ? ਆਂਟੀ ਹੁਣ ਮੇਰੇ ਪਾਪਾ ਨਹੀਂ ਨਾ ਹੈਗੇ, ਦਾਦੂ ਵੀ ਨਹੀਂ, ਚਾਚੂ ਵੀ ਨਹੀਂ, ਫਿਰ ਮੇਰੀ ਫੀਸ ਕੌਣ ਦੇਵੇ? ਨੀਨਾ ਫਰੋ ਲੈਣਾ ਜ਼ਖਮਾਂ ਨੂੰ, ਜਾਓ ਬੱਚਿਓ ਖੇਡੋ ਤੁਸੀਂ। ਕੀ ਸੀਂਦੇ ਪਏ ਹੋ ਆਂਟੀ? ਨਹੀਂ ਸੀਣਾ ਕੀ ਏ, ਅਸਾਂ ਸਾਰੀਆਂ ਨੇ ਜ਼ਖਮ ਪਈਆਂ ਸੀਂਦੀਆਂ ਵਾਂ। ਤਾਂ ਫੇਰ ਤੂੰ ਸਿਉਂਦੀ ਕੀ ਐ? ਤੂੰ ਫੌਜੀਆਂ ਦੀਆਂ ਵਰਦੀਆਂ ਸੀਨੀ ਐ ਨਾ? ਕਿੰਨੀਆਂ ਸਾਰੀਆਂ ਵਰਦੀਆਂ ਸੀ ਦੇ, ਫਿਰ ਫੌਜੀ ਆਏਗਾ, ਬੰਦੂਕ ਲੈ ਕੇ ਆਏਗਾ, ਉਹ ਤੈਨੂੰ ਵੀ ਮਾਰੇਗਾ, ਪਹਿਲਾਂ ਤੇਰੀ ਬਾਂਹ ਫੜੇਗਾ, ਤੂੰ ਘਬਰਾ ਜਾਏਗੀ, ਉਹ ਆਖੇਗਾ ਤੂੰ ਘਬਰਾ ਨਾ, ਪਰ ਤੈਨੂੰ ਪਤਾ ਹੀ ਨਹੀਂ ਚੱਲਣਾ ਕਿ ਤੂੰ ਕੀ ਕਰੇ, ਤੂੰ ਕਦੇ ਹੱਸੇਗੀ, ਕਦੇ ਰੋਵੇਂਗੀ, ਕਦੇ ਚੀਕਾਂ ਮਾਰੇਗੀ, ਪਰ ਉਹਦੇ ਬੂਟ ਤੇ ਉਹਦੀ ਬੰਦੂਕ ਤੇਰੀ ਆਵਾਜ਼ ਦੱਬ ਦੇਣਗੇ। ਤੂੰ ਸੀ ਫੌਜੀਆਂ ਦੀਆਂ ਵਰਦੀਆਂ, ਤੂੰ ਸੀ ਫੌਜੀਆਂ ਦੀਆਂ ਵਰਦੀਆਂ। ਪੁੱਤ ਮੈਂ ਫੌਜੀਆਂ ਦੀਆਂ ਵਰਦੀਆਂ ਨਹੀਂ ਸੀਂਦੀ ਪਈ, ਮੈਂ ਤਾਂ ਸੂਟ ਸੀਂਦੀ ਪਈ ਆ ਤਾਰੋ ਦੀ ਮਾਂ ਦਾ। ਤੂੰ ਫੌਜੀ ਦਾ ਬੋਰਾ ਕਿਉਂ ਨਹੀਂ ਸੀਤਾ ਅਜੇ ਤੱਕ? ਸੀ ਦਊਂਗੀ ਪੁੱਤ, ਸੀ ਦਊਂਗੀ। ਹਾਂ ਜਲਦੀ ਸੀ ਦੇ, ਉਹਦੇ ਉੱਤੇ ਇੱਕ ਰੱਸਾ ਵੀ ਬੰਨ ਦੇ, ਮੈਂ ਫੌਜੀ ਨੂੰ ਬੋਰੇ 'ਚ ਹੀ ਪਾ ਦਊਂਗੀ, ਫੌਜੀ ਵੀ ਬੋਰੇ 'ਚ ਤੇ ਬੰਦੂਕ ਵੀ ਬੋਰੇ 'ਚ, ਫੌਜੀ ਵੀ ਬੋਰੇ 'ਚ ਤੇ ਬੰਦੂਕ ਵੀ ਬੋਰੇ 'ਚ, ਫੌਜੀ ਵੀ ਬੋਰੇ 'ਚ ਤੇ ਬੰਦੂਕ ਵੀ ਬੋਰੇ 'ਚ, ਫੌਜੀ ਵੀ ਬੋਰੇ 'ਚ ਤੇ ਬੰਦੂਕ ਵੀ ਬੋਰੇ 'ਚ। ਮਾਤਾ ਜੀ ਤੁਸੀਂ ਇੱਥੇ ਸਾਰੀਆਂ ਔਰਤਾਂ ਹੀ ਜੇ, ਡਰ ਨਹੀਂ ਆਉਂਦਾ ਤੁਹਾਨੂੰ? ਨਹੀਂ ਕਿੱਥੋਂ ਡਰਨਾ ਤੇ ਕਾਹਦੇ ਲਈ ਡਰਨਾ,
ਸਾਡਾ ਬੱਚੀ ਆਈ ਕੀ ਹੈ? ਘਰ ਚਲੇ ਗਏ, ਘਰ ਵਾਲੇ ਚਲੇ ਗਏ, ਪਿਓ ਚਲੇ ਗਏ, ਪੁੱਤਰ ਵੀ ਤੁਰ ਪਏ, ਧੀਆਂ ਸਾਡੀਆਂ ਨੂੰ ਕਿਸੇ ਥਾਂ ਦਾ ਨਾ ਛੱਡਿਆ, ਬੱਚੀ ਆਈ ਕੀ ਹੈ ਸਾਡੇ ਕੋਲ ਡਰਨ ਲਈ? ਉਹ ਤੇ ਮਾਂ ਠੀਕ ਹੈ, ਪਰ ਤੁਸਾਂ ਬਚਾਉਣ ਦੀ ਕੋਸ਼ਿਸ਼ ਨਾ ਕੀਤੀ? ਕੀ ਕੋਸ਼ਿਸ਼ ਕਰਦੀਆਂ, ਕੱਲੇ ਕੱਲੇ ਉੱਤੇ 100-100 ਬੰਦਾ ਆ ਪਿਆ। ਉਹ ਵੇਖਦੀ ਹੈ ਨਾ ਸੋਲਜੀ ਕੁੜੀ ਵਿਚਾਰੀ ਨੇ ਕਿਵੇਂ ਲੁੱਕ ਕੇ ਜਾਨ ਬਚਾਈ। ਪੁੱਛੇ ਤੋਂ ਕੱਲੀ ਨੇ ਘਰ ਦੇ 4 ਬੰਦਿਆਂ ਨੂੰ ਘਰ ਵਿੱਚ ਹੀ ਫੂਕਿਆ ਕੁਰਸੀਆਂ ਮੇਜ਼ ਸਾੜ ਕੇ, ਪਾਗਲ ਜੀ ਹੋਈ ਫਿਰਦੀ ਹੈ। ਉਹ ਆ ਗਏ, ਉਹ ਆ ਗਏ, ਕੋਈ ਫੜੋ ਉਹਨਾਂ ਨੂੰ, ਮਾਰੋ ਮਾਰੋ, ਬਚਾਓ ਬਚਾਓ, ਪਾਪਾ ਪਾਪਾ ਨਾ ਮਾਰੋ ਮੇਰੇ ਪਾਪਾ ਨੂੰ, 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 ਨਾ ਮਾਰੋ, ਨਾ ਮਾਰੋ ਮੇਰੇ ਪਾਪਾ ਨੂੰ। ਆ ਦੇਖ ਲੈ ਵਿਚਾਰੀ ਦਾ ਹਾਲ, ਜਾਓ ਮੇਰੇ ਬੱਚਿਓ ਜਾਓ, ਕੀ ਤੱਕਦੇ ਹੋ? ਜੋ ਹੋਣਾ ਸੀ ਸੋ ਹੋ ਗਿਆ, ਗੁਰੂ ਰਾਖਾ ਹੋਵੇ ਸਭਨਾਂ ਦਾ, ਗੁਰੂ ਰਾਖਾ ਹੋਵੇ ਸਭਨਾਂ ਦਾ, ਗੁਰੂ ਰਾਖਾ ਹੋਵੇ ਸਭਨਾਂ ਦਾ, ਗੁਰੂ ਰਾਖਾ ਹੋਵੇ ਸਭਨਾਂ ਦਾ। ਚਿੜੀਆਂ ਦਾ ਆਲਣਾ ਨਹੀਂ ਤੋੜੀਦਾ, ਕੋਈ ਨਾ ਗੰਦ ਸਾਫ ਕਰ ਲਾਂਗੇ ਤੇ ਰੌਲਾ ਵੀ ਬਰਦਾਸ਼ਤ ਕਰ ਲਾਂਗੇ। ਬੜੀ ਮੁਸ਼ਕਲ ਨਾਲ ਬੰਦੇ ਨੇ ਆਲਣੇ, ਬੜੀ ਮੁਸ਼ਕਲ ਨਾਲ ਬੰਦੇ ਨੇ ਆਲਣੇ। ਉਹ ਚਿੜੀ ਵਿਚਾਰੀ ਕਿਵੇਂ ਇੱਕ ਇੱਕ ਤੀਲਾ ਪਈ ਜੋੜਦੀ ਏ, ਨਾ ਪੁੱਤ ਨਾ ਬਣੇ ਹੋਏ ਆਲਣੇ, ਨਾ ਡਾ ਨਾ ਡਾਓ ਮੇਰੇ ਪੁੱਤੋ, ਨਾ ਡਾਓ ਬਣੇ ਹੋਏ ਆਲਣੇ, 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 ਨਾ ਡਾਓ। ਬੂਟਾਂ ਤੇ ਬੰਦੂਕਾਂ ਏਦਾਂ ਰੱਤ ਬੰਦੇ ਦੀ ਚੋਈ, ਤਨ ਤੇ ਮਨ ਦਾ ਰਿਸ਼ਤਾ ਟੁੱਟਿਆ, ਜਿੰਦੇ ਜੀ ਹੈ ਮੋਈ, ਤਨ ਤੇ ਮਨ ਦਾ ਰਿਸ਼ਤਾ ਟੁੱਟਿਆ, ਜਿੰਦੇ ਜੀ ਹੈ ਮੋਈ, ਤ
ਰਿਸ਼ਤੇ